ਸਕੂਲ ਦੇ ਮਾਲਕ ਤੋਂ ਮੰਗੀ 3 ਕਰੋੜ ਦੀ ਫਿਰੌਤੀ। ਬੰਬੀਹਾ ਗਰੁੱਪ ਦੇ ਬੰਦੇ ਕਹਿ ਕੇ ਮੰਗੀ ਮੋਟੀ ਰਕਮ। ਫਿਰੌਤੀ ਨਾ ਦੇਣ ਤੇ ਪਰਿਵਾਰ ਨੂੰ ਖਤਮ ਕਰਨ ਦੀ ਦਿੱਤੀ ਸੀ ਧਮਕੀ। ਹੁਣ ਪੁਲਿਸ ਨੇ ਕਾਬੂ ਕਰ ਲਏ ਦੋਵੇਂ ਮੁਲਜ਼ਮ। ਇੱਕ ਕਰਦਾ ਹੈ ਪੇਂਟ ਕਰਨ ਦਾ ਕੰਮ ਤੇ ਦੂਜਾ ਲਾਉਂਦਾ ਹੈ ਦਿਹਾੜੀਆਂ। ਤਾਂ ਦੱਸ ਦਈਏ ਕਿ ਹੁਸ਼ਿਆਰਪੁਰ ਪੁਲਿਸ ਦੇ ਵੱਲੋਂ 2 ਅਜਿਹੇ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਨੇ ਇੱਕ ਸਕੂਲ ਮਾਲਕ ਤੋਂ 3 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ ਅਤੇ ਫਿਰੌਤੀ ਨਾ ਦੇਣ ਦੀ ਸੂਰਤ ਦੇ ਵਿੱਚ ਪੂਰੇ ਪਰਿਵਾਰ ਨੂੰ ਖਤਮ ਕਰਨ ਦੀ ਧਮਕੀ ਦੇ ਦਿੱਤੀ ਸੀ। ਇਹੀ ਨਹੀਂ, ਵਟਸਐਪ ਤੇ ਇੱਕ ਕਾਲ ਕੀਤੀ ਗਈ ਸਕੂਲ ਦੇ ਮਾਲਕ ਨੂੰ ਅਤੇ 3 ਕਰੋੜ ਦੀ ਫਿਰੌਤੀ ਮੰਗੀ ਗਈ। ਪਰ ਹੁਣ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੇ ਵਿੱਚੋਂ ਇੱਕ ਪੇਂਟ ਕਰਨ ਦਾ ਕੰਮ ਕਰਦਾ ਸੀ ਤੇ ਦੂਜਾ ਦਿਹਾੜੀਆਂ ਲਾਉਂਦਾ ਸੀ ਤੇ ਇਹ ਦੋਵੇਂ ਰਾਤੋ ਰਾਤ ਅਮੀਰ ਹੋਣਾ ਚਾਹੁੰਦੇ ਸਨ ਤੇ ਇਸੇ ਦੇ ਚੱਕਰ ਦੇ ਵਿੱਚ ਇਹਨਾਂ ਨੇ ਫਿਰੌਤੀ ਮੰਗਣ ਦੀ ਸਕੀਮ ਬਣਾ ਲਈ। ਹੁਸ਼ਿਆਰਪੁਰ ਦੇ ਹਲਕਾ ਟਾਂਡਾ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਸਕੂਲ ਦੇ ਮਾਲਕ ਤੋਂ 3 ਕਰੋੜ ਦੀ ਫਿਰੌਤੀ ਮੰਗੀ ਗਈ ਸੀ, ਵਟਸਐਪ ਤੋਂ ਇੱਕ ਕਾਲ ਆਈ ਸੀ ਤੇ ਨਾ ਦੇਣ ਦੀ ਸੂਰਤ ਦੇ ਵਿੱਚ ਪਰਿਵਾਰ ਨੂੰ ਗੋਲੀਆਂ ਮਾਰ ਕੇ ਮਾਰਨ ਦੀ ਗੱਲ ਆਖੀ ਗਈ ਸੀ। ਇਹਨਾਂ ਨੇ 3 ਕਰੋੜ ਦੀ ਫਿਰੌਤੀ ਡਿਮਾਂਡ ਕੀਤੀ ਸੀਗੀ ਅਤੇ ਓਬੀਅਸਲੀ ਸ਼ੋਰਟਕੱਟ ਰਾਹੀਂ ਪੈਸਾ ਕਮਾਉਣਾ ਜਿਹੜਾ ਹੈਗਾ ਇਸ ਤਰੀਕੇ ਦੇ ਜਿਹੜੇ ਵੀ ਕ੍ਰਿਮੀਨਲ ਕੰਮ ਕਰਦੇ ਹੈਗੇ ਲੋਕ ਉਹ ਉਹਨਾਂ ਦਾ ਆਈ ਹੁੰਦਾ, ਚਾਹੇ ਉਹ ਡਰੱਗਸ ਵੇਚਣ ਵਾਲੇ ਹੋਣ, ਚਾਹੇ ਉਹ ਐਕਸਟੋਰਸ਼ਨ ਡਿਮਾਂਡ ਕਰਨ ਵਾਲੇ ਹੋਣ, ਚਾਹੇ ਕੋਈ ਹੋਰ ਜਿਹੜਾ ਖੋਹਾਂ ਕਰਨ ਵਾਲੇ ਹੋਣ ਅਤੇ ਲੂਟਪਾਟ ਵਾਲੇ ਹੋਣ, ਉਹਨਾਂ ਦਾ ਹੁੰਦਾ ਕਿ ਜਲਦੀ ਅਮੀਰ ਬਣਨਾ। ਬਟ ਉਹ ਅਮੀਰ ਬਣਨ ਦੇ ਬਜਾਏ ਜਿਹੜਾ ਹੈਗਾ ਉਹ ਫਿਰ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਜਾਂਦੇ ਹੈਗੇ ਅਤੇ ਇਸ ਦਾ ਕੋਈ ਮਤਲਬ ਕੋਈ ਵੀ ਕੇਸ ਕੋਈ ਵੀ ਬੰਦਾ ਨਾ ਸੋਚੇ ਕਦੇ ਵੀ ਕਿ ਜੀ ਮੇਰਾ ਪਤਾ ਨਹੀਂ ਲੱਗੇਗਾ ਅਤੇ ਮੈਂ ਜਿਹੜਾ ਹੈਗਾ ਕੋਈ ਕ੍ਰਾਈਮ ਕਮਿਟ ਕਰ ਲਊਂ, ਕਿਉਂਕਿ ਇੱਦਾਂ ਨਹੀਂ ਹੋ ਸਕਦਾ, ਇਟ ਇਜ਼ ਨੋਟ ਪੋਸੀਬਲ। ਸਰ ਦਵਿੰਦਰ ਬੰਬੀਹਾ ਗੈਂਗ ਦਾ ਨਾਮ ਦੀ ਵਰਤੋਂ ਕੀਤੀ ਗਈ ਸੀ, ਕੀ ਹੈ ਅਜਿਹੇ ਲਿੰਕ ਜਾਂ ਸਿਰਫ? ਨਹੀਂ ਨਹੀਂ, ਕੋਈ ਲਿੰਕ ਨਹੀਂ ਹੈ, ਕੋਈ ਸੋ ਫਾਰ ਇਨਵੈਸਟੀਗੇਸ਼ਨ 'ਚ ਕੋਈ ਲਿੰਕ ਨਹੀਂ ਆਇਆ। ਮੈਕਸੀਮਮ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਮੈਕਸੀਮਮ ਐਕਸਟੋਰਸ਼ਨ ਕਾਲਸ ਜਿਹੜੇ ਹੈਗੇ ਉਹ ਫੇਕ ਲੋਕ ਕਰਦੇ ਹੈਗੇ, ਇਸ ਕਰਕੇ ਸਾਡੀ ਰਿਕੁਐਸਟ ਹੈਗੀ ਕਿ ਜਦੋਂ ਵੀ ਕਿਸੇ ਨੂੰ ਐਕਸਟੋਰਸ਼ਨ ਕਾਲ ਆਉਂਦੀ ਹੈਗੀ ਇਮੀਡੀਏਟਲੀ ਪੁਲਿਸ ਨੂੰ ਰਿਪੋਰਟ ਕਰਾਇਆ ਜਾਏ ਸੋ ਦੈਟ ਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਉਹ ਬਾਹਰ ਦਾ ਨੰਬਰ ਇਹਨਾਂ ਨੇ ਇੱਕ ਯੂਜ਼ ਕੀਤਾ, ਵਰਚੁਅਲ ਨੰਬਰ ਯੂਜ਼ ਕਰਕੇ ਇਹਨਾਂ ਨੇ ਵਟਸਐਪ ਰਾਹੀਂ ਕਾਲ ਕੀਤਾ। ਆਹ ਜਿਹੜਾ ਸਾਰਾ ਇਹਨਾਂ ਨੇ ਡਰਾਮਾ ਅਤੇ ਕੌਨਸਪਰੇਸੀ ਜਿਹੜੀ ਰਚੀ ਉਹਦਾ ਫੇਸਬੁੱਕ 'ਤੇ, ਔਨਲਾਈਨ ਯੂਟਿਊਬ 'ਤੇ ਅਤੇ ਇਹਨਾਂ 'ਤੇ ਦੇਖ ਕੇ ਜਿਹੜਾ ਹੈਗਾ ਇਸ ਤਰੀਕੇ ਦਾ ਈਜ਼ੀ ਮਨੀ ਬਣਾਉਣ ਵਾਸਤੇ ਇਹਨਾਂ ਨੇ ਇਸ ਤਰੀਕੇ ਦਾ ਆਹ ਕ੍ਰਾਈਮ ਪਲੋਟ ਸਾਰਾ ਰਚਿਆ ਹੈਗਾ। ਸਕੂਲ ਦੇ ਮਾਲਕ ਤੋਂ ਮੰਗੀ 3 ਕਰੋੜ ਦੀ ਫਿਰੌਤੀ। ਬੰਬੀਹਾ ਗਰੁੱਪ ਦੇ ਬੰਦੇ ਕਹਿ ਕੇ ਮੰਗੀ ਮੋਟੀ ਰਕਮ। ਫਿਰੌਤੀ ਨਾ ਦੇਣ ਤੇ ਪਰਿਵਾਰ ਨੂੰ ਖਤਮ ਕਰਨ ਦੀ ਦਿੱਤੀ ਸੀ ਧਮਕੀ। ਹੁਣ ਪੁਲਿਸ ਨੇ ਕਾਬੂ ਕਰ ਲਏ ਦੋਵੇਂ ਮੁਲਜ਼ਮ। ਇੱਕ ਕਰਦਾ ਹੈ ਪੇਂਟ ਕਰਨ ਦਾ ਕੰਮ ਤੇ ਦੂਜਾ ਲਾਉਂਦਾ ਹੈ ਦਿਹਾੜੀਆਂ। ਤਾਂ ਦੱਸ ਦਈਏ ਕਿ ਹੁਸ਼ਿਆਰਪੁਰ ਪੁਲਿਸ ਦੇ ਵੱਲੋਂ 2 ਅਜਿਹੇ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਨੇ ਇੱਕ ਸਕੂਲ ਮਾਲਕ ਤੋਂ 3 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ ਅਤੇ ਫਿਰੌਤੀ ਨਾ ਦੇਣ ਦੀ ਸੂਰਤ ਦੇ ਵਿੱਚ ਪੂਰੇ ਪਰਿਵਾਰ ਨੂੰ ਖਤਮ ਕਰਨ ਦੀ ਧਮਕੀ ਦੇ ਦਿੱਤੀ ਸੀ। ਇਹੀ ਨਹੀਂ, ਵਟਸਐਪ ਤੇ ਇੱਕ ਕਾਲ ਕੀਤੀ ਗਈ ਸਕੂਲ ਦੇ ਮਾਲਕ ਨੂੰ ਅਤੇ 3 ਕਰੋੜ ਦੀ ਫਿਰੌਤੀ ਮੰਗੀ ਗਈ। ਪਰ ਹੁਣ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੇ ਵਿੱਚੋਂ ਇੱਕ ਪੇਂਟ ਕਰਨ ਦਾ ਕੰਮ ਕਰਦਾ ਸੀ ਤੇ ਦੂਜਾ ਦਿਹਾੜੀਆਂ ਲਾਉਂਦਾ ਸੀ ਤੇ ਇਹ ਦੋਵੇਂ ਰਾਤੋ ਰਾਤ ਅਮੀਰ ਹੋਣਾ ਚਾਹੁੰਦੇ ਸਨ ਤੇ ਇਸੇ ਦੇ ਚੱਕਰ ਦੇ ਵਿੱਚ ਇਹਨਾਂ ਨੇ ਫਿਰੌਤੀ ਮੰਗਣ ਦੀ ਸਕੀਮ ਬਣਾ ਲਈ। ਹੁਸ਼ਿਆਰਪੁਰ ਦੇ ਹਲਕਾ ਟਾਂਡਾ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਸਕੂਲ ਦੇ ਮਾਲਕ ਤੋਂ 3 ਕਰੋੜ ਦੀ ਫਿਰੌਤੀ ਮੰਗੀ ਗਈ ਸੀ, ਵਟਸਐਪ ਤੋਂ ਇੱਕ ਕਾਲ ਆਈ ਸੀ ਤੇ ਨਾ ਦੇਣ ਦੀ ਸੂਰਤ ਦੇ ਵਿੱਚ ਪਰਿਵਾਰ ਨੂੰ ਗੋਲੀਆਂ ਮਾਰ ਕੇ ਮਾਰਨ ਦੀ ਗੱਲ ਆਖੀ ਗਈ ਸੀ। ਇਹਨਾਂ ਨੇ 3 ਕਰੋੜ ਦੀ ਫਿਰੌਤੀ ਡਿਮਾਂਡ ਕੀਤੀ ਸੀਗੀ
ਅਤੇ ਓਬੀਅਸਲੀ ਸ਼ੋਰਟਕੱਟ ਅਤੇ ਰਾਹੀਂ ਪੈਸਾ ਕਮਾਉਣਾ ਜਿਹੜਾ ਹੈਗਾ ਇਸ ਤਰੀਕੇ ਦੇ ਜਿਹੜੇ ਵੀ ਕ੍ਰਿਮੀਨਲ ਕੰਮ ਕਰਦੇ ਹੈਗੇ ਲੋਕ ਉਹ ਉਹਨਾਂ ਦਾ ਆਈ ਹੁੰਦਾ, ਚਾਹੇ ਉਹ ਡਰੱਗਸ ਵੇਚਣ ਵਾਲੇ ਹੋਣ, ਚਾਹੇ ਉਹ ਐਕਸਟੋਰਸ਼ਨ ਡਿਮਾਂਡ ਕਰਨ ਵਾਲੇ ਹੋਣ, ਚਾਹੇ ਕੋਈ ਹੋਰ ਜਿਹੜਾ ਖੋਹਾਂ ਕਰਨ ਵਾਲੇ ਹੋਣ ਅਤੇ ਲੂਟਪਾਟ ਵਾਲੇ ਹੋਣ, ਉਹਨਾਂ ਦਾ ਹੁੰਦਾ ਕਿ ਜਲਦੀ ਅਮੀਰ ਬਣਨਾ। ਬਟ ਉਹ ਅਮੀਰ ਬਣਨ ਦੇ ਬਜਾਏ ਜਿਹੜਾ ਹੈਗਾ ਉਹ ਫਿਰ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਜਾਂਦੇ ਹੈਗੇ। ਅਤੇ ਇਸ ਦਾ ਕੋਈ ਮਤਲਬ ਕੋਈ ਵੀ ਕੇਸ, ਕੋਈ ਵੀ ਬੰਦਾ ਨਾ ਸੋਚੇ ਕਦੇ ਵੀ ਕਿ ਜੀ ਮੇਰਾ ਪਤਾ ਨਹੀਂ ਲੱਗੇਗਾ ਅਤੇ ਮੈਂ ਜਿਹੜਾ ਹੈਗਾ ਕੋਈ ਕ੍ਰਾਈਮ ਕਮਿਟ ਕਰ ਲਊਂ, ਕਿਉਂਕਿ ਇੱਦਾਂ ਨਹੀਂ ਹੋ ਸਕਦਾ, ਇਟ ਇਜ਼ ਨੋਟ ਪੋਸੀਬਲ। ਨਹੀਂ ਨਹੀਂ ਕੋਈ ਲਿੰਕ ਨਹੀਂ ਹੈ, ਕੋਈ ਸੋ ਫਾਰ ਇਨਵੈਸਟੀਗੇਸ਼ਨ 'ਚ ਕੋਈ ਲਿੰਕ ਨਹੀਂ ਆਇਆ। ਮੈਕਸੀਮਮ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਮੈਕਸੀਮਮ ਐਕਸਟੋਰਸ਼ਨ ਕਾਲਸ ਜਿਹੜੇ ਹੈਗੇ ਉਹ ਫੇਕ ਲੋਕ ਕਰਦੇ ਹੈਗੇ। ਇਸ ਕਰਕੇ ਸਾਡੀ ਰਿਕੁਐਸਟ ਹੈਗੀ ਕਿ ਜਦੋਂ ਵੀ ਕਿਸੇ ਨੂੰ ਐਕਸਟੋਰਸ਼ਨ ਕਾਲ ਆਉਂਦੀ ਹੈਗੀ ਇਮੀਡੀਏਟਲੀ ਪੁਲਿਸ ਨੂੰ ਰਿਪੋਰਟ ਕਰਾਇਆ ਜਾਏ, ਸੋ ਦੈਟ ਕਿ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ। ਉਹ ਬਾਹਰ ਦਾ ਨੰਬਰ ਇਹਨਾਂ ਨੇ ਇੱਕ ਯੂਜ਼ ਕੀਤਾ, ਵਰਚੁਅਲ ਨੰਬਰ ਯੂਜ਼ ਕਰਕੇ ਇਹਨਾਂ ਨੇ ਵਟਸਐਪ ਰਾਹੀਂ ਕਾਲ ਕੀਤਾ। ਆਹ ਜਿਹੜਾ ਸਾਰਾ ਇਹਨਾਂ ਨੇ ਡਰਾਮਾ ਅਤੇ ਕੌਨਸਪਰੇਸੀ ਜਿਹੜੀ ਰਚੀ ਉਹਦਾ ਫੇਸਬੁੱਕ 'ਤੇ, ਔਨਲਾਈਨ ਯੂਟਿਊਬ 'ਤੇ ਅਤੇ ਇਹਨਾਂ 'ਤੇ ਦੇਖ ਕੇ ਜਿਹੜਾ ਹੈਗਾ ਇਸ ਤਰੀਕੇ ਦਾ ਈਜ਼ੀ ਮਨੀ ਬਣਾਉਣ ਵਾਸਤੇ ਇਹਨਾਂ ਨੇ ਇਸ ਤਰੀਕੇ ਦਾ ਆਹ ਕ੍ਰਾਈਮ ਪਲੋਟ ਸਾਰਾ ਰਚਿਆ ਹੈਗਾ।